ਮੇਰੇ ਹਿਸਾਬ ਨਾਲ ਬਾਈ ਅੱਜ ਵੀ ਮੌਸਮ ਨਹੀਂ ਨਿਖਰਦਾ ਲੱਗਦਾ, ਅੱਜ ਵੀ ਨਹੀਂ ਉੱਡਦੇ ਕਬੂਤਰ। ਅਤੇ ਆਪਾਂ ਨੇ ਉੱਪਰ ਕਰਨੇ ਅੱਜ ਕਬੂਤਰ, ਦੇਖਦੇ ਹਾਂ ਬਾਕੀ। ਅਤੇ ਸਤਿ ਸ਼੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ, ਕਿਵੇਂ ਹੋ, ਕਾਇਮ ਹੋ ਸਾਰੇ? ਅਤੇ ਬਾਈ ਜੱਸੇ ਨੇ ਪਹਿਲਾਂ ਵਲੋਗ ਪਾਤਾ ਹੈ ਨਾ, ਦੇਖ ਲਿਓ ਸਾਰੇ ਉਹਦੇ ਚੈਨਲ 'ਤੇ ਨਲਾਇਕ ਯੂਟਿਊਬਰ ਜੱਸਾ, ਵੀਰ ਬਣ ਕੇ ਸਬਸਕ੍ਰਾਈਬ ਕਰ ਲਿਓ। ਅਤੇ ਮੈਂ ਚੱਲਿਆ ਪਹਿਲਾਂ ਹੁਣ ਗਰਾਊਂਡ ਦਾ ਕੰਮ ਕੁੰਮ ਨਿਬੇੜੀਏ, ਅਤੇ ਉਹ ਤੋਂ ਬਾਅਦ ਕਬੂਤਰਾਂ ਵੱਲ ਆਉਂਦੇ ਹਾਂ, ਠੀਕ ਹੈ? ਮੌਸਮ ਬੜਾ ਖਰਾਬ ਹੈ ਬਾਈ, ਬਸ ਮੀਂਹ ਨਾ ਆਵੇ, ਹੋਰ ਕੋਈ ਚੱਕਰ ਨਹੀਂ, ਧੁੰਦ ਧੰਦ ਤਾਂ ਹਟ ਜੂਗੀ। ਅਤੇ ਚਲੋ ਚੱਲਦੇ ਹਾਂ ਆਪਾਂ ਗਰਾਊਂਡ 'ਚ। ਪਹੁੰਚ ਗਏ ਬਾਈ ਗਰਾਊਂਡ 'ਚ, ਅਤੇ ਉੱਧਰੋਂ ਸਾਰੀ ਡਬਲ ਜਾਲੀ ਲੱਗ ਗਈ, ਬਸ ਇੰਨੀ ਕੁ ਰਹਿ ਗਈ ਆਹ ਇੱਥੇ ਤੱਕ। ਇਹ ਵਾਲੀਬਾਲ ਦਾ ਗਰਾਊਂਡ ਆ, ਖੰਜੂਰਾਂ ਦੇਖੋ ਐਨ ਹਰੀਆਂ ਹੋ ਗਈਆਂ ਮੀਂਹ ਕਰਕੇ, ਬਸ ਸੁੱਕ ਜੂਗਾ ਗਰਾਊਂਡ ਕੱਲ੍ਹ ਤੱਕ। ਅਤੇ ਉਹ ਪੌੜੀਆਂ ਬਣ ਰਹੀਆਂ, ਇੱਕ ਸਾਈਡ ਦੀਆਂ ਬਣ ਗਈਆਂ, ਇੱਕ ਸਾਈਡ ਦੀ ਲਪਾਈ ਹੋ ਰਹੀ ਹੈ, ਇੱਕ ਉਹ ਸਟੇਜ ਰਹਿ ਗਈ ਉੱਪਰ, ਬਾਕੀ ਦਾ ਕੰਮ ਤਕਰੀਬਨ ਨੇੜ 'ਚ ਹੈ ਹੁਣ। ਅਤੇ ਮੂਹਰੇ ਗੇਟ ਰਹਿ ਗਿਆ ਬਣਾਉਣ 'ਤੇ, ਚਲੋ ਫਿਰ ਹੁਣ ਗੇੜਾ ਗੂੜਾ ਮਾਰ ਕੇ ਉਰੇ ਚੱਲਦੇ ਹਾਂ, ਲਾਈਟਾਂ ਦੇਖ ਲਓ। ਪਹੁੰਚ ਗਏ ਘਰ ਬਾਈ, ਹੈਂ ਪਰਾਲੀ ਹੁਣ ਤਾਰ ਦਈਏ, ਟੁੱਕ ਲਾਂਗੇ ਹੈ ਨਾ ਇਹਨੂੰ, ਨਾਤੇ ਨੂੰ ਕਿੰਨੇ ਦਿਨ ਹੋ ਗਏ? ਟੱਟੂ ਨਹਾਉਣਾ, ਇਹ ਤਾਂ ਲਵੇੜਦੀਆਂ ਮੈਨੂੰ ਪਤਾ ਬਾਈ, ਜਿਹੜੇ ਹਿਸਾਬ ਨਾਲ ਠੰਡ ਨਹੀਂ ਨਾ ਮੁੱਕਦੀ, ਮੈਨੂੰ ਲੱਗਦਾ ਸਾਲੀ ਸਾਰੀ ਜ਼ਿੰਦਗੀ ਟੋਪੀ ਆ ਰਹਾ ਹੈ 'ਚ ਲੋਈ 'ਚ ਲੰਘ ਜਾਣੀ ਹੈ, ਹੈ ਭਾਊ? ਮੈਂ ਤਾਂ ਭਾਊ ਵਾਂਗੂ ਪੈੱਗ ਵੀ ਨਹੀਂ ਲਾ ਸਕਦਾ, ਭਾਊ ਤਾਂ ਚੱਲ ਪੈੱਗ ਪੁੱਗ ਲਾ ਲੈਂਦਾ। ਚਲੋ ਜਿੰਦਾ ਖੋਲਦੇ ਹਾਂ ਪਹਿਲਾਂ, ਹੋਰ ਫਿਰ ਭਾਊ ਕੀ ਹਾਲ ਚਾਲ ਹੈ ਤੇਰਾ? ਜਰਾ ਗਿੱਲਾ ਆ ਜਾ ਭਾਊ, ਹੁਣ ਉਹ ਦਗਾੜ ਗਾੜ ਲਾ ਲੈ ਆਉਣੇ ਤੇਰਾ, ਦਗਾੜ ਗਾੜ ਆਧਾਰ ਕਾਰਡ, ਅੱਛਾ ਆਧਾਰ ਕਾਰਡ, ਆਧਾਰ ਕਾਰਡ ਖੋ ਗਿਆ, ਪੀਸ ਗਾਇ ਦੂੰ ਗਿਆ ਤਾਂ ਮਤੇ, ਠੀਕ ਆ ਤੂੰ ਉਹ ਲੈ ਕੇ ਆ, ਫੌੜਾ ਲੈ ਕੇ ਆ ਮਾੜਾ ਜਾ, ਆ ਸਾਫ਼ ਜਿਹਾ ਕਰ ਲਈਏ, ਗਿੱਲਾ ਨਹੀਂ, ਹੁਣ ਧੁੱਪ ਆ ਗਈ ਚੱਲ ਵਧੀਆ। ਚੱਲਦੇ ਹਾਂ ਫਿਰ ਮੋਟਰ 'ਤੇ, ਚਾਹ ਚੂ ਫੜਾ ਆਉਂਦੇ ਬਈਆਂ ਦੀ, ਆਹ ਕਰ ਲਾ ਬਸ ਜਦ ਨੂੰ ਹਵਾ ਜੀ ਲੱਗ ਜੂਗੀ, ਆ ਮੂਹਰੇ ਮੂਹਰੇ। ਅਤੇ ਸਾਡਾ ਇੰਨਾ ਗਾਰਾ ਆਇਆ ਕਿੱਥੋਂ ਹੈ? ਹਾਂ ਉੱਧਰੋਂ ਆਉਂਦਾ ਸਾਡਾ, ਆ ਮਿੱਟੀ ਵੀ ਚੁਕਾ ਦੇਣੀ ਹੈ ਯਾਰ ਆਪਾਂ ਨੇ, ਹੈ ਨਾ ਹਲੇ ਆ, ਹੈ ਹਾਂ ਇੱਕ ਇੱਕ ਰਾਧਾ ਲਾਉਣਾ ਤਾਂ ਆਪਾਂ ਨੇ, ਇਹ ਕਰਦੇ ਆਪਾਂ ਇੰਤਜ਼ਾਮ ਕਰਾਂਗੇ, ਬਸ ਤਾਰੂ ਨੂੰ ਵਿਹਲਾ ਹੋ ਜਾਣ ਦੇ ਉੱਧਰੋਂ, ਹੈਂ ਉੱਪਰ ਲੈ ਕੇ ਜਾਣੇ ਨੇ ਯਾਰ, ਹੁਣ ਮੌਸਮ ਤਾਂ ਖੁੱਲ੍ਹੇ ਮਾੜਾ ਜਿਹਾ, ਜੇ ਅੱਜ ਧੁੱਪ ਰਹੇਗੀ ਕੱਲ੍ਹ ਨੂੰ ਮੌਸਮ ਠੀਕ ਹੋਇਆ, ਕੱਲ੍ਹ ਨੂੰ ਲੈ ਜਾਣੇ ਨੇ ਕਬੂਤਰ ਉੱਪਰ, ਠੀਕ ਆ? ਦੋ ਜਾਲ ਭਰ ਕੇ ਲੈ ਜਾਣਗੇ, ਦੇਖੋ ਬਾਈ ਇੰਨਾ ਸਮਾਨ ਨਿਕਲਿਆ ਲੈ, ਮਿੱਟੀ ਪਤਾ ਨਹੀਂ ਕਿੱਥੋਂ ਆਈ ਜਾਂਦੀ ਹੈ ਸਾਡੀ, ਇਹਦੇ ਬਾਰੇ ਸਿੱਟਦੇ ਆ ਨਾ, ਉਹ ਥੋੜ੍ਹਾ ਜਿਹਾ ਰਹਿ ਗਿਆ ਬਾਈ, ਜਿੰਨਾ ਚਿਰ ਸਫਾਈ ਹੁੰਦੀ ਇੰਨੇ ਆਪਾਂ ਦਾਣਿਆਂ ਦਾ ਕੰਮ ਵੀ ਨਿਬੇੜੇ ਦਿੰਦੇ ਹਾਂ, ਠੀਕ ਆ? ਫਿਰ ਜੱਸੂ ਦੇ ਆਏ 'ਤੇ ਦੇਖਦੇ ਹਾਂ, ਸਕੂਲ ਗਿਆ ਹੋਇਆ ਜੱਸਾ, ਜੱਸੇ ਨੇ ਤਾਂ ਬਲੌਗ ਵੀ ਨਹੀਂ ਵਿਚਾਰੇ ਨੇ ਸਟਾਰਟ ਕੀਤਾ, ਚਲੋ ਮੈਂ ਇਹ 'ਚ ਪਾ ਕੇ ਲੈ ਕੇ ਜਾਂਦਾ ਦਾਣੇ, ਇਹ 'ਚ ਪਾ ਲੈਂਦੇ ਹਾਂ, ਦਾਣਾ ਵੀ ਲਿਆਉਣੇ ਵਾਲਾ ਹੁਣ, ਬਸ ਥੋੜ੍ਹਾ ਹੀ ਰਹਿ ਗਿਆ, ਪੰਜ ਸੱਤ ਦਿਨ ਦਾ ਰਹਿ ਗਿਆ, ਚਲੋ ਓਕੇ ਯਾਰ ਬੋਰਡ, ਆ ਦਾਣਾ ਪਾ ਦਈਏ ਕਬੂਤਰਾਂ ਨੂੰ, ਅੱਜ ਥੱਲੇ ਹੀ ਪਾਉਣਾ ਹੈ ਕਿਉਂਕਿ ਟਰੇਆਂ ਅੰਦਰ ਸਿੱਟੀਆਂ ਹੋਈਆਂ, ਥੱਲੇ ਪਾ ਦਿੰਦੇ ਹਾਂ, ਕੋਈ ਨਹੀਂ ਚੁੱਕ ਲੈਣਗੇ, ਸਾਫ਼ ਹੈ ਹੁਣ ਤਾਂ ਜਗ੍ਹਾ, ਐਨ ਪਾਣੀ ਲਿਆ ਕੇ ਪਾਉਣਾ ਉੱਧਰੋਂ,
ਹੋ ਗਿਆ ਬਾਬੂ ਸਾਫ ਹੈ ਨਾ ਸਾਲਾ ਮੀਂਹ ਮੂੰਹ ਨਾ ਆ ਜਾਵੇ ਯਾਰ ਹੁਣ ਬੜਾ ਗੰਦ ਪਾਇਆ ਮੀਂਹ ਨੇ ਚਲੋ ਬਈ ਪਾਉਣਾ ਪਹਿਲਾਂ ਮੈਂ ਇੱਕ ਮਿੰਟ ਦੇਖੋ ਤਾਂ ਐਨ ਸਾਫ ਹੈ ਨਾ ਓਕੇ ਯਾਰ ਬਹੁਤ ਦਾਣੇ ਪਾਉਣੇ ਆ ਥੋੜ੍ਹੇ ਜਿਹੇ ਇੱਥੇ ਉਹ ਹਾਲਿਓ ਭਾਊ ਜੰਮੇ ਆਈ ਦੇਖੋ ਆਹ ਦੇਖੋ ਹੈਨਾ ਹਾਂ ਦੇਖੋ ਬਾਈ ਪਾਤੇ ਨਾ ਦਾਣੇ ਥੱਲੇ ਓਕੇ ਯਾਰ ਬੋਰਡ ਅੱਜ ਇੱਥੇ ਹੀ ਚੁਗਣਗੇ ਗਰਮ ਪਾਣੀ ਵੀ ਬਾਈ ਆਪਾਂ ਲੈ ਆਏ ਨਾਲ ਦੀ ਨਾਲ ਪਾ ਕੇ ਨਵੇੜੀਏ ਕੰਮ ਜੱਸੇ ਦੇ ਆਉਂਦੇ ਨੂੰ ਐਨ ਓਕੇ ਰਿਪੋਰਟਾਂ ਕਰਨੀਆਂ ਨੇ ਆਹ ਭਾਊ ਖੋਲੀ 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 ਇੱਕ ਮਿੰਟ ਇਹਨੂੰ ਰੱਖਦੇ ਹਾਂ ਇੱਥੇ ਆਏ ਹਾਏ 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 ਸਾਲਾ ਅੰਗੂਠੇ ਦੀ ਬੱਸ ਕਰਾ ਦਈ ਸਾਡੇ ਨੇ ਕਿੰਨਾ ਵਜਨ ਹੈ ਜੇ ਕੁੰਡਾ ਭੇਟ ਦੇ ਬਾਊ ਪਹਿਲਾਂ ਕਰੀਏ ਕਬੂਤਰ ਚੈੱਕ ਓਕੇ ਨੇ ਜਮਾਂ ਹੀ ਓਕੇ ਨੇ ਉਹ ਮਿੱਤਰ ਉਹ ਗੁਲਾਬੀ ਸਾਲਾ ਕਦੇ ਆਂਡੇ 'ਤੇ ਨਹੀਂ ਮੈਂ ਬੈਠੀ ਦੇਖੀ ਗੁਲਾਬੀ ਲਾਗੇ ਜੋੜੇ ਬੈਠਣ ਚਲੋ ਕਬੂਤਰ ਕਾਇਮ ਹੈ ਸਾਰੇ ਪਹਿਲਾਂ ਬਾਹਰ ਨਿਕਲੇ ਤਾਂ ਪਤਾ ਲੱਗੂਗਾ ਆਹ ਚੱਕ ਲੈਂਦੇ ਹਾਂ ਪਾਣੀ ਵਾਲਾ ਚਲੋ ਕੋਈ ਮਿੱਤਰੋ ਪਾਣੀ ਵੀ ਪਾਤਾ ਦਾਣੇ ਵੀ ਪਾਤੇ ਹੁਣ ਕਬੂਤਰਾਂ ਵਾਲਾ ਖੋਲ ਦੀਏ ਗੇਟ ਦੇਖਿਓ ਕਿਵੇਂ ਗੋਲੀ ਬਣ ਬਣ ਆਉਣਾ ਇਹਨਾਂ ਨੇ ਆ ਜਾਓ ਉਹ ਬਚੇ ਦੇ ਪੈਰ ਫੇਰ ਸਾਡੇ ਦੇ ਲਿਬੜ ਗਏ ਪੂਰੇ ਚਲੋ ਬਾਅਦ 'ਚੋਂ ਆ ਕੇ ਕਰਦਾ ਬਾਈ ਲੋਟ ਪੈਰ ਪੂਰੇ ਇਹਨਾਂ ਦੇ ਦੇਖੋ ਕਿਵੇਂ ਪਏ ਨੇ ਟੁੱਟ ਕੇ ਓਕੇ ਰਿਪੋਰਟਾਂ ਖੁੱਲ੍ਹੇ ਹੀ ਨੇ ਖੁੱਲ੍ਹੇ ਹੀ ਦਾਣੇ ਅੱਜ ਚੱਕੋ ਚੱਕੋ ਟਰੇਆਂ ਆ ਕੇ ਕੱਢਦਾ ਬਾਈ ਬਾਹਰ ਤਿੰਨੇ ਟਰੇਆਂ ਅੰਦਰ ਪਈਆਂ ਉਹ ਦੇਖੋ ਟਰੇਆਂ ਨੂੰ ਆ ਕੇ ਕੱਢੂੰਗਾ ਬਾਹਰ ਕਬੂਤਰ ਸਾਰੇ ਹੀ ਆ ਗਏ ਬਾਹਰ ਚਲੋ ਜੀ ਸਾਰਾ ਕੁਛ ਸੁੱਕਿਆ ਹਾਂ ਹਾਂ ਧੁੱਪ ਫੇਰ ਚਮਕੀ ਹੈ ਚੱਲੀਏ ਬਾਊ ਮੋਟਰ 'ਤੇ ਫਿਰ ਤੈਂ ਚਾਹ ਪਾਣੀ ਪੀ ਲਿਆ ਬਸ ਠੀਕ ਆ ਚਲੋ ਬਾਈ ਚੱਲਦੇ ਹਾਂ ਮੋਟਰ 'ਤੇ ਨੂੰ ਆਹ ਸਾਲਾ ਦੇਖ ਪੈਰ ਚਟਾਉਂਦਾ ਲੈ ਆਹ ਦੇਖ ਲਓ ਭਾਊ ਦੇ ਕੰਮ ਦੇਖ ਲਓ ਪੈਰ ਚਟਾਉਣ ਲੱਗਿਆ ਹੋਇਆ ਸਾਲਾ ਜਾ ਰਹੇ ਹਾਂ ਬਾਈ ਮੋਟਰ 'ਤੇ ਅੱਜ ਇੱਧਰ ਵਾਲੀ 'ਤੇ ਨਹੀਂ ਜਾਣਾ ਅੱਜ ਜਾਣਾ ਸਿੱਧਾ ਮੇਨ ਜੀ ਟੀ ਰੋਡ 'ਤੇ ਚੰਡੀਗੜ੍ਹ ਲੁਧਿਆਣੇ ਹਾਈਵੇ ਵਾਲੇ 'ਤੇ ਅਤੇ ਭਾਊ ਮੈਨੂੰ ਵਾਰ ਵਾਰ ਕਹੀ ਜਾਂਦਾ ਕਹਿੰਦਾ ਬਲੌਗ 'ਚ ਫੇਰ ਦੁਬਾਰਾ ਕਹਿ ਰਿਸ਼ਤੇ ਨੂੰ ਹੈ ਭਾਊ ਕੀ ਬਣਿਆ ਰਿਸ਼ਤੇ ਦਾ ਤੇਰਾ ਕੋਈ ਨਹੀਂ ਦੇਖਿਆ ਕਿ ਸਾਡਾ ਦੇਖਣੇ ਨਹੀਂ ਆਏ ਆਇਆ ਨਹੀਂ ਕੋਈ ਭਾਈ ਇੰਨਾ ਯਾਰ ਲੋੜਾ ਨਾ ਕਰੋ ਤੁਸੀਂ ਭਾਊ ਨੂੰ ਰਿਸ਼ਤਾ ਜ਼ਰੂਰ ਕਰਾਉਣਾ ਆਪਾਂ ਨੇ ਠੀਕ ਹੈ ਮੈਂ ਤੁਹਾਨੂੰ ਔਫਰ ਦੇ ਦੀ ਕੱਢੀ ਵੱਢੀ ਛੱਡੀ ਜੈ ਜੀ ਮਰਜ਼ੀ ਹੋਵੇ ਚਲੋ ਚੱਲਦੇ ਹਾਂ ਪਹੁੰਚ ਗਏ ਬਾਈ ਪ੍ਰੋਬਲਮ ਸਾਨੂੰ ਆਹ ਪੈ ਜਾਂਦੀ ਹੈ ਕੱਟ ਬਹੁਤ ਦੂਰ ਹੈ ਜਾਣਾ ਸੀ ਉੱਥੇ ਫਿਰ ਹੁਣ ਸਕੂਟਰੀ ਯਾਰ ਮੈਂ ਖੜੂੰਗਾ ਇੱਥੇ ਹੀ ਭਾਊ ਫੜਾ ਕੇ ਆਊਗਾ ਭਾਈਆਂ ਨੂੰ ਚਾਹ ਆਹ ਦੇਖੋ ਲੱਗੇ ਹੋਏ ਆਹ ਕੰਨਾ ਘੱਟਦੇ ਨੇ ਆਹ ਮੇਨ ਹਾਈਵੇ ਹੈ ਚੰਡੀਗੜ੍ਹ ਟੂ ਲੁਧਿਆਣਾ ਅਤੇ ਚਲੋ ਚਾਹ ਫੜਾ ਕੇ ਚੱਲਦੇ ਹਾਂ ਘਰ ਨੂੰ ਪਹੁੰਚ ਗਏ ਬਾਈ ਕਬੂਤਰਾਂ ਵੱਲ ਅਤੇ ਹੈਂ ਫਿਰ ਉੱਥੋਂ ਫੜ ਕੇ ਲਿਆਉਣੇ ਔਖੇ ਨੇ ਯਾਰ ਬਚੇ ਫੜਦੇ ਹਾਂ ਆਪਾਂ ਬਚੇ ਡਾਉਣੇ ਨੇ ਦੋ ਤਿੰਨ ਤਿੰਨ ਵਜੇ ਡਾਵਾਂਗੇ ਫੜ ਲਾ ਫੜ ਲਾ ਚਲੋ ਬਾਈ ਬੱਚੇ ਫੜ ਕੇ ਚੱਲਦੇ ਹਾਂ ਆਪਾਂ ਕੋਠੇ 'ਤੇ ਨੂੰ
ਪਹੁੰਚ ਗਏ ਬਈ ਕੋਠੇ ਤੇ। ਹਾਂ ਬਈ ਕਲਕਾਨ ਤੇ ਹੁਣ ਤਾਂ ਬੜਾ ਹੋ ਗਿਆ ਜੱਸੇ ਇਹ ਡੱਬੇ ਨੂੰ ਬੰਨਣ ਲੱਗੇ ਆ ਬਈ। ਜੱਸੇ ਤੇਰਾ ਚੈਨਲ ਕੋਈ ਸਬਸਕ੍ਰਾਈਬ ਹੀ ਨਹੀਂ ਕਰਦਾ ਯਾਰ। ਕਰੋ ਯਾਰ, ਆਇਆ ਨਾ ਕਰੋ ਮੈਂ ਨਾ। ਹਾਂ ਸਬਸਕ੍ਰਾਈਬ ਕਰੋ ਚੈਨਲ ਮੇਰਾ, ਧੋਖਾ ਕਰਦੇ ਆ। ਚੱਲ ਡੱਬੇ ਨੂੰ ਬੰਨਦੇ ਆ ਬਈ ਛਤਰੀ ਤੇ। ਇੱਕ ਛਤਰੀ ਉਹ ਖੜੀ ਕਰਤੀ, ਇੱਕ ਆਹ ਕਰਦੇ ਆ, ਫਿਰ ਇਹਨਾਂ ਨੂੰ ਛੱਡਦੇ ਆ ਤਿੰਨਾਂ ਨੂੰ ਖੁੱਲ੍ਹੇ। ਠੀਕ ਆ, ਡੱਬਾ ਦਾ ਦਿੱਤਾ ਬੰਨ ਬਈ ਅਤੇ ਆਪਾਂ ਹੁਣ ਇਹਨਾਂ ਨੂੰ ਛੱਡ ਲਈਏ। ਇੱਕ ਮਿੰਟ, ਚਲੋ ਏ ਚਲੋ ਖੜ ਜਾਓ, ਕੱਢ ਲਵਾਂ ਬਾਈ ਇਹਨਾਂ ਨੂੰ। ਇੱਕ ਮਿੰਟ, ਚੱਲ ਬਈ ਓਕੇ ਰਿਪੋਰਟ ਥੋੜ੍ਹੀ ਚੱਲ ਓਏ ਓਕੇ ਆ, ਤੂੰ ਰਹਿ ਗਿਆ ਕਲਕਾਨ 'ਤੇ ਆ। ਚੱਲ ਚੱਲ ਆ, ਵੈਰੀ ਕੋਈ ਨੀ, ਚਲੋ ਬਾਈ ਬੈਠਣ ਦੋ ਇਹਨਾਂ ਨੂੰ, ਹੁਣ 15-20 ਮਿੰਟ ਫੇਰ ਆਉਂਦੇ ਆ। ਤੇ ਉਹਨੀ ਤਾਂ ਅਲਜ ਗਏ ਬਾਈ ਪਤੰਗਾਂ 'ਚ, ਪਤੰਗਾ ਪਤੰਗਾਂ ਵਾਲਾ ਬਲੌਗ ਜੱਸੇ ਦੇ ਚੈਨਲ 'ਤੇ ਹੀ ਆਊਗਾ, ਜਵਾਕਾਂ ਵਾਲਾ। ਠੀਕ ਆ, ਠੀਕ ਆ ਜੱਸੇ। ਅਤੇ ਮੈਂ ਛੇੜ ਲਾ ਕੇ ਦੇਖਦਾ ਮਾੜੀ ਬੱਚਿਆਂ ਨੂੰ। ਖੜ ਜਾਓ, ਕੋਈ ਲਈਏ ਜੰਤਰ ਇਹਦੇ ਨਾਲ ਲਾ ਲੈ, ਉੱਪਰ ਹੱਥ ਨਹੀਂ ਪਹੁੰਚਦਾ। ਚਲੋ ਬਈ ਆਹ ਹਾਂ, ਤੂੰ ਵੀ ਚੱਲ ਛੋਟੇ ਛੋਟੇ ਨੂੰ ਤਾਂ ਹਾਲੀ ਕੱਢਣਾ ਆਪਾਂ ਨੇ। ਖੜ ਜਾਓ ਬਾਈ ਇੱਕ ਮਿੰਟ, ਦੋ ਬੱਚੇ ਉੱਡ ਗਏ ਮਿੱਤਰੋ, ਇੱਕ ਸਪੇਅਰ ਕਾਲਾ ਟੂਸਾ ਕਾਲਾ ਬੋਟੇ ਵਾਲਾ ਅਤੇ ਇੱਕ ਗੁਲਾਬੀ ਟੂਸੇ ਗੁਲਾਬੀ ਬੋਟਾ ਆ ਆਉਂਦਾ। ਚਲੋ 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 ਦੋ ਗੇੜੇ, ਉਹ ਨਿੱਸਲ ਜਿਹੀ ਕਰ ਲਏ ਜੱਸੇ ਇਹ ਹੈ ਨਾ, ਚੰਗੇ ਭਲੇ ਉੱਡਦੇ ਹੁੰਦੇ ਇਹਦੇ, ਹੁਣ ਆਪਾਂ ਡਾਉਂਦੇ ਨਹੀਂ ਹੈਗੇ। ਚੱਲ ਘਰ ਦਾ ਪਤਾ ਲੱਗ ਗਿਆ ਹੁਣ ਇਹਨਾਂ ਨੂੰ, ਬਣ ਗਏ ਰਾਕਟ। ਚਲੋ 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 ਉੱਡ ਲਓ ਉੱਡ ਲਓ, ਹੁਣ ਹੋ ਗਏ ਕਾਇਮ। ਚੱਲ ਪਏ ਦੋਨੇ ਬਾਈ ਲੰਬੇ ਗੇੜੇ ਦੇ, ਕਿਉਂਕਿ ਛਤਰੀਆਂ ਵੀ ਫਿਰ ਖੜੀਆਂ ਨੇ ਨਾ ਤਿੰਨੇ। ਆਹ ਦੇਖ ਲਓ ਫਿਰ ਕਬੂਤਰ ਵੀ ਬੈਠੇ ਨੇ ਉੱਪਰ। ਚਲੋ 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 ਜੱਸੇ ਇਹਦੇ ਵੀ ਛੇੜ ਜੀ ਲਾ ਕੇ ਦੇਖ ਲਾ ਹੁਣ, ਓਏ ਕਰਦੇ ਕਾਇਮ। ਹੋ ਗਿਆ ਹੋ ਗਿਆ, ਕੀ ਆ ਗਿਆ, ਇਹਨੂੰ ਛੇੜਦੇ ਛੇੜਦੇ ਇਹਨੂੰ ਛੇੜਦੇ, ਕਲਕਾਨ ਤਾਂ ਦੇਖ ਕੇ ਆਜੂ, ਕੋਈ ਨਾ ਕੋਈ ਨਾ ਆ ਜਾਣਦੇ। ਆ ਗਿਆ, ਚੱਲ ਦੁਬਾਰਾ ਗੇੜੇ ਕਢਾ ਲਾਂਗੇ ਇਹਦੇ। ਆ ਜਾ ਵੀ ਆ ਜਾ ਆ ਜਾ, ਆ ਵੀ ਆ ਗਿਆ, ਸਪੇਅਰ ਆ ਫਿਰਦਾ। ਕੋਈ ਨਹੀਂ ਬਾਅਦ 'ਚ ਫਿਰ ਇੱਕ ਵਾਰੀ ਛੇੜ ਲਾਂਗੇ ਇਹਨਾਂ ਨੂੰ। ਕਲਕਾਨ ਤਾਂ ਬੱਚਾ ਵੀ ਬਾਈ ਉੱਡ ਗਿਆ, ਲਾਲ ਕੱਛ ਦਾ ਫਿਰਦਾ, ਵਧੀਆ ਕੱਢ ਰਿਹਾ ਹੈਗੇ ਇਹਦੇ। ਅਤੇ ਆਹ ਗੁਲਾਬੀ ਟੂਸਿਆਂ ਵਾਲਾ ਵੀ ਦੁਬਾਰਾ ਉੱਡ ਗਿਆ, ਆਹ ਦੇਖੋ ਫਿਰਦਾ। ਚਲੋ ਕੱਢਣ ਤੋਂ ਘੇਰੇ ਕੋਈ ਚੱਕਰ ਨਹੀਂ, ਆ ਜੂਗਾ ਵਧੀਆ ਲੱਗ ਜੂਗਾ ਛਤਰੀ 'ਤੇ ਹੁਣ। ਆਇਆ, ਆਓ 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 ਆਓ, ਕੱਢ ਰਿਹਾ ਬਾਈ ਹਾਲੇ ਤਾਂ ਦੋ ਏ ਘੇਰੇ। ਆਹ ਵੀ ਉੱਡਦਾ, ਉਹ ਵੀ ਉੱਡ ਗਿਆ, ਆ ਗਿਆ ਚੱਲ ਇਹਨੂੰ ਦੇਖ ਕੇ ਆ ਜੂਗਾ ਹੁਣ। ਆਹ ਦੇਖੋ ਘੁੰਮ ਗਿਆ ਘੁੰਮ ਗਿਆ ਘੁੰਮ ਗਿਆ, ਆ ਫਿਰਦਾ।
ਬੈਠ ਗਏ ਬਾਈ ਤਿੰਨੇ ਛਤਰੀ ਦੇ ਆ ਗਏ। ਉਹ ਕੈਰਬੋਟ ਵਧੀਆ ਘੇਰੇ ਕੱਢ ਲਏ, ਛਤਰੀ ਦਾ ਲੱਗ ਗਿਆ ਇਹਨੂੰ ਪਤਾ ਹੁਣ। ਬਾਕੀ ਹੁਣ ਦੇਖਾਂਗੇ ਕੱਲ ਨੂੰ, ਇੰਨੇ ਬੈਠਣ ਦੀ ਇਹ ਘੰਟਾ ਇਹਨਾਂ ਨੂੰ, ਪਤੰਗ ਪਤੰਗ ਚੜਾਉਂਦੇ ਇੰਨੇ ਦੇਖਦੇ ਹਾਂ। ਆ ਗਏ ਬਾਈ ਕਬੂਤਰਾਂ ਕੋਲ, ਬੱਚੇ ਵੀ ਥੱਲੇ ਲਾ ਲਏ। ਜੱਸੇ ਆਓ, ਹੈ ਨਹੀਂ ਜੱਸਾ ਉਰੇ। ਇਹਨਾਂ ਨੂੰ ਦੁਬਾਰਾ ਦਾਣਾ ਪਾ ਦਈਏ ਅਤੇ ਚਲੋ ਕੋਈ ਨਹੀਂ ਬਾਈ, ਪਾਉਣਾ ਇਹਨਾਂ ਨੂੰ ਮੈਂ ਦਾਣਾ ਪਾਣੀ, ਅਤੇ ਵਲੌਗ ਦੀ ਕਰਦੇ ਹਾਂ ਐਂਡਿੰਗ। ਠੀਕ ਹੈ, ਮਿਲਦੇ ਹਾਂ ਅਗਲੇ ਵਲੌਗ 'ਚ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਮਿਲਦੇ ਹਾਂ ਫਿਰ ਅਗਲੇ ਵਲੌਗ 'ਚ।